ਇਹਦੀ ਜਿਹੜੀ ਗਰਾਰੀਆਂ ਨਾ ਵੱਜਦੀਆਂ ਸੀਰੀਅਸਲੀ ਉਸ ਸਮੇਂ ਯਾਰ। ਜਦੋਂ ਜਾਸੀ ਜਾਨ ਅਕੇਲੀ, ਕਿੰਨੀ ਘੈਂਟ ਗੱਲ ਕੀਤੀ ਇਹਨਾਂ ਨੇ। ਮੈਂ ਇਕੱਲੇ ਆਏ ਸੀ, ਇਕੱਲੇ ਜਾਣਾ। ਵਾਕਈ ਯਾਰ ਮੈਂ ਤਾਂ ਰੂਹ ਖੁਸ਼ ਹੋਈ ਜਾਂਦੀ ਹੈ ਸੱਚੀ ਇਹਨਾਂ ਨੂੰ ਸੁਣ ਕੇ, ਕਿਉਂਕਿ ਇਹਨਾਂ ਦਾ ਖਾਉਣ ਦਾ ਤਰੀਕਾ ਹੀ ਬੜਾ ਘੈਂਟ। ਵਾਹ ਜੀ ਵਾਹ ਗਾਈਜ਼, ਇਹ ਸੀ ਅੱਜ ਦੀ ਵੀਡੀਓ ਐਂਡ ਸਭ ਤੋਂ ਘੈਂਟ ਕਲਾਮ ਮੈਨੂੰ ਇੱਦਾਂ ਲੱਗਾ ਵੀ ਜਿਹੜਾ ਇਹਨਾਂ ਨੇ ਗਾਇਆ। ਵਿਹਲੀ ਵਿਹਲੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਵਿਹਲੀ। ਅਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਸੀ ਮਤਲਬ ਇਹਨਾਂ ਦੇ ਬਾਅਦ ਵਿੱਚ ਕਿਹਾ ਸੀ ਕਿ ਉਦੋਂ ਕੀ ਕਰਾਂਗੇ ਜਦੋਂ ਜਾਨ ਨਿਕਲ ਗਈ ਅਕੇਲੀ, ਹੈ ਨਾ ਕੁਛ ਇੱਦਾਂ ਦਾ। ਜਦੋਂ ਜਾਸੀ ਜਾਨ ਅਕੇਲੀ, ਮੁਹੰਮਦ ਬਖਸ਼ ਜੀ ਤਾਂ ਵਧੀਆ ਉਹਨਾਂ ਨੇ ਲਿਖਿਆ ਹੀ ਲਿਖਿਆ। ਐਂਡ ਜਿਹੜੇ ਇਹ ਸਿੰਗਰ ਹੈ ਜੋ ਮਤਲਬ ਜੋ ਗਾ ਰਹੇ ਨੇ, ਹੈ ਨਾ, ਉਹ ਇਹਨਾਂ ਨੇ ਵੀ ਬਹੁਤ ਹੀ ਵਧੀਆ ਗਾਇਆ ਯਾਰ। ਇੰਨੇ ਸੁਰ ਬਟ ਜਿਹੜਾ ਇਹਨਾਂ ਨੇ ਗਾਇਆ, ਜੋ ਵਿੱਚ ਇਹ ਅਲਾਪ ਲਗਾਉਂਦੇ ਆ, ਵਿੱਚ ਹਰਕਤਾਂ ਲੈਂਦੇ ਆ ਅਤੇ ਗਰਾਰੀਆਂ ਮਾਰਦੇ ਆ, ਇੱਕ ਸੁਰ ਨੂੰ ਇੰਨਾ ਉੱਚਾ ਲੈ ਕੇ ਜਾਂਦੇ ਆ। ਹਾਂਜੀ ਬਹੁਤ ਅੱਛਾ ਗਾ ਰਹੇ ਸੀ, ਬਿਲਕੁਲ ਸੁਰ ਨੂੰ ਇੰਨਾ ਉੱਚਾ ਲੈ ਕੇ ਜਾਂਦੇ ਆ, ਫਿਰ ਨੀਵਾਂ ਗਾਉਂਦੇ ਆ, ਅਤੇ ਉਹ ਮੈਨੇਜ ਕਰਨਾ। ਇਹਨਾਂ ਦਾ ਗਲਾ ਬੜਾ ਸਟਰੋਂਗ ਹੈ, ਗਲਾ ਇੱਕ ਬੜਾ ਪਾਵਰਫੁਲ ਹੈ, ਆਵਾਜ਼ ਸੌਫਟ ਜੀ, ਬਹੁਤ ਵਧੀਆ, ਬਹੁਤ ਵਧੀਆ ਆਵਾਜ਼ ਹੈ। ਔਸਮ ਯਾਰ, ਮੈਨੂੰ ਤਾਂ ਬਹੁਤ ਅੱਛਾ ਲੱਗਾ। ਪਿਛਲੀ ਵਾਰੀ ਆਪਾਂ ਦੇਖਿਆ ਸੀ ਜਿਹੜਾ ਕਲਾਮ, ਉਹਦੇ ਵਿੱਚ ਤਿੰਨ ਜਣੇ ਗਾ ਰਹੇ ਸੀ ਅਤੇ ਉਹਨਾਂ ਤਿੰਨਾਂ ਵਿੱਚੋਂ ਹੀ ਇੱਕ ਪਰਸਨ ਸੀ ਜੋ ਇੱਥੇ ਸੀ ਆਪਾਂ ਦੇਖੇ, ਅਤੇ ਇਹ ਵਾਕਈ ਬਹੁਤ ਵਧੀਆ ਗਾਉਂਦੇ। ਸ਼ਾਇਦ ਇਹਨਾਂ ਦਾ ਨਾਮ ਸੈਫੁਲ ਮਲੂਕ ਹੈ ਅਤੇ ਬਟ ਕਨਫਰਮ ਨਹੀਂ ਹੈ। ਅਤੇ ਗਾਈਜ਼, ਜੇਕਰ ਤੁਸੀਂ ਚਾਹੁੰਦੇ ਹੋ ਅਸੀਂ ਇਹਨਾਂ ਦੀਆਂ ਹੋਰ ਵੀਡੀਓਜ਼ ਦੇਖੀਏ।